ਕੌਮ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਜੀ, ਜਿਨ੍ਹਾਂ ਦੇ ਜ਼ੁਬਾਨ ਵਿੱਚ ਪਰਮੇਸ਼ਰ ਜੀ ਨੇ ਬਹੁਤ ਹੀ ਵਧੇਰੇ ਰਸ ਵੀ ਪਾਇਆ, ਦਿਮਾਗ ਬਹੁਤ ਦਿੱਤਾ, ਸ਼ਬਦਾਂ ਦੇ ਜਾਦੂਗਰ ਮੰਨੇ ਜਾਂਦੇ ਸੀ। ਇੱਕ ਵਾਰ ਉਹ ਲਿਖਦੇ ਨੇ, ਇਹ ਉਹਨਾਂ ਦੀ ਨਿਮਰਤਾ ਹੈ, ਵਡਿਆਈ ਹੈ। ਉਹਨਾਂ ਨੇ ਬਾਬਾ ਅਤਰ ਸਿੰਘ ਜੀ ਕੁਰਾਨ ਦੇ ਸਨਮੁਖ ਦੀਵਾਨ ਦੇ ਅੰਦਰ ਵਿਆਖਿਆ ਕਰ ਰਹੇ ਸਨ, ਖੜ੍ਹੇ ਹੋ ਕੇ, ਬੇਗਮਪੁਰਾ ਸ਼ਹਿਰ ਕੋ ਨਾਉ ਦੇ ਭੋਗ ਪਿਆ ਮਿਲੇ। ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਕਹਿਣ ਲੱਗੇ, ਪ੍ਰਿੰਸੀਪਲ ਸਾਹਿਬ, ਤੁਸਾਂ ਅੱਜ ਸੰਗਤਾਂ ਨੂੰ ਬਹੁਤ ਬਿਜਲੀਆਂ ਦਿਖਾਈਆਂ, ਬੜੇ ਆਕਾਸ਼, ਬੜੇ ਤਾਰੇ, ਚੰਦਰਮਾ ਦਿਖਾਏ ਨੇ ਬੇਗਮਪੁਰੇ ਨੇ, ਇਹਨਾਂ ਵਿੱਚੋਂ ਕਿਸੇ ਨੂੰ ਮਾਣਿਆ ਵੀ, ਦੇਖਿਆ ਵੀ? ਜੇ ਇੱਕਦਮ ਅੰਦਰ ਕੰਬ ਗਿਆ। ਉਹ ਲਿਖਦੇ, ਮੈਂ ਨੀਵੀਂ ਪਾ ਕੇ ਕਿਹਾ, ਬਾਬਾ ਜੀ ਬਿਲਕੁਲ ਸੱਚੀ ਗੱਲ, ਜੇ ਮੈਂ ਕਿਸੇ ਇੱਕ ਚੀਜ਼ ਨੂੰ ਵੀ ਵੇਖਿਆ ਨਹੀਂ ਹੈ। ਕਹਿਣ ਲੱਗੇ, ਨਾਲ ਹੀ ਮੇਰੇ ਅੰਦਰ ਆ, ਬਾਬਾ ਜੀ ਮੈਂ ਵੇਖਿਆ ਨਹੀਂ, ਦਿਖਾ ਦਿਓ। ਕਹਿਣ ਲੱਗੇ, ਠੀਕ। ਬਹਿ ਗਏ, ਨੇਤਰ ਬੰਦ ਕੀਤੇ। ਕਿੰਨਾ ਸਮਾਂ ਨੇਤਰ ਬੰਦ ਕਰਦੇ ਰਹੇ ਅਤੇ ਪ੍ਰਿੰਸੀਪਲ ਸਾਹਿਬ ਲਿਖਦੇ, ਉਹਨਾਂ ਦੇ ਬੋਲ ਜ਼ੁਬਾਨ ਬੰਦ ਸੀ, ਪਰ ਚਿਹਰੇ ਤੋਂ ਜੋ ਨੂਰ ਝਲਕਦਾ ਅਤੇ ਮੈਨੂੰ ਵਾਹ ਵਾਹ ਦੀ ਆਵਾਜ਼ ਸੁਣਦੀ ਸੀ। ਉਹ ਜ਼ਿੰਦਗੀ 'ਚ ਮੈਂ ਕਦੇ ਪਹਿਲਾਂ ਅਤੇ ਦੁਬਾਰਾ ਵਾਹ ਸ਼ਬਦ ਨਹੀਂ ਸੁਣਿਆ। ਉਹ ਮੈਨੂੰ ਕਿਸੇ ਅੰਦਰ ਨੂੰ ਇੰਨੀ ਠੰਡਕ ਪਹੁੰਚਾਈ, ਇੰਨਾ ਸਰੂਰ ਚੜ੍ਹ ਗਿਆ ਅੰਦਰ, ਸੁਰਤੀ ਕਿਸੇ ਹੋਰ ਦੇਸ਼ ਵਿੱਚ ਜਾਈ ਜਾ ਰਹੀ ਸੀ। ਪਰ ਬਾਬਾ ਜੀ ਕੁਝ ਸਮੇਂ ਬਾਅਦ ਬੋਲੇ, ਕਹਿਣ ਲੱਗੇ, ਗੰਗਾ ਸਿੰਘ ਜੀ ਯਤਨ ਕੀਤਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ ਹੈ। ਇਹਦੇ ਵਿੱਚ ਹੀ ਸਾਰਾ ਕੁਝ ਕਹਿ ਗਏ, ਮਾਨਣ ਦਾ ਵਿਸ਼ਾ ਬਿਆਨ ਕਰਨ ਦਾ ਨਹੀਂ। ਕਹਿਣ ਲੱਗੇ, ਮੈਂ ਸਦਾ ਲਈ ਉਹਨਾਂ ਦੇ ਚਰਨਾਂ ਵਿੱਚ ਮੇਰਾ ਸਿਰ ਚੁੱਕ ਗਿਆ। ਇਸ ਤਰ੍ਹਾਂ ਉਹਨਾਂ ਦੇ ਅੰਦਰ ਜੋ ਲਗਨ ਸੀ, ਹਰ ਕੋਈ ਉਹਨਾਂ ਤੋਂ ਪ੍ਰਭਾਵਿਤ ਹੁੰਦਾ।